ਇੱਕ ਕਾਲੇ ਰੰਗ ਦੀ ਥਾਰ ਨੇ ਦੋ ਬਾਈਕ ਸਵਾਰਾਂ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਹੈ, ਜਿਸ ਦੇ ਕਾਰਨ ਦੋਵੇਂ ਬਾਈਕ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦਰਅਸਲ ਜਾਣਕਾਰੀ ਅਨੁਸਾਰ ਇਸ ਥਾਰ ਨੂੰ ਕਿਹਾ ਜਾ ਰਿਹਾ ਹੈ ਕਿ ਇੱਕ ਔਰਤ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਤੇ ਨਾਲ ਹੀ ਉਸਦਾ ਇੱਕ ਸਾਥੀ ਬੈਠਾ ਸੀ, ਪਰ ਅਚਾਨਕ ਇਹਨਾਂ ਦੇ ਵੱਲੋਂ ਗਲਤ ਸਾਈਡ ਤੋਂ ਇਸ ਗੱਡੀ ਨੂੰ ਮੋੜ ਲਿਆ ਜਾਂਦਾ ਹੈ, ਜਿਸ ਦੇ ਕਾਰਨ ਦੋਵੇਂ ਬਾਈਕ ਸਵਾਰ ਇਸ ਕਾਰ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ। ਹਾਲਾਂਕਿ ਇਹਨਾਂ ਕਾਰ ਸਵਾਰਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਜੋ ਔਰਤ ਥਾਰ ਨੂੰ ਚਲਾ ਰਹੀ ਸੀ ਉਹ ਵੀ ਨਸ਼ੇ ਦੀ ਹਾਲਤ ਦੇ ਵਿੱਚ ਸੀ, ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਉਹ ਔਰਤ ਵੀ ਦੱਸੀ ਜਾ ਰਹੀ ਹੈ, ਜੋ ਕਿ ਵਾਰਦਾਤ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਈ ਹੈ। ਤਾਂ ਦੱਸ ਦਈਏ ਕਿ ਘਟਨਾ ਸਮਾਣਾ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਇੱਕ ਕਾਲੇ ਰੰਗ ਦੀ ਥਾਰ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਹੈ। ਹਾਲਾਂਕਿ ਇਸ ਥਾਰ ਨੂੰ ਇੱਕ ਔਰਤ ਚਲਾ ਰਹੀ ਸੀ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਪਲੈਂਡਰ ਬਾਈਕ ਗੱਡੀ ਦੇ ਟਾਇਰ ਦੇ ਹੇਠਾਂ ਫਸਿਆ ਹੋਇਆ। ਕਿਹਾ ਜਾ ਰਿਹਾ ਕਿ ਜਦੋਂ ਇਹ ਟੱਕਰ ਮਾਰੀ ਤਾਂ ਥਾਰ ਬਾਈਕ ਨੂੰ ਕਾਫੀ ਦੂਰ ਤੱਕ ਘੜੀਜਦੇ ਹੋਏ ਲੈ ਗਈ, ਤੇ ਜਿਸ ਤੋਂ ਬਾਅਦ ਇਸ ਥਾਰ ਨੂੰ ਉਸ ਥਾਰ ਸਵਾਰ ਔਰਤ ਦੇ ਵੱਲੋਂ ਜੋ ਹੈ ਉਹ ਹੇਠਾਂ ਉਤਾਰ ਲਿਆ ਜਾਂਦਾ, ਕੱਚੇ ਦੇ ਵਿੱਚ ਉਤਾਰ ਲਿਆ ਜਾਂਦਾ, ਜਿਸ ਤੋਂ ਬਾਅਦ ਉਹ ਮੌਕੇ ਤੋਂ ਉੱਥੋਂ ਫਰਾਰ ਹੋ ਜਾਂਦੀ ਹੈ। ਫਿਲਹਾਲ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਇੱਕ ਔਰਤ ਦੇ ਵੱਲੋਂ ਇਸ ਥਾਰ ਨੂੰ ਡਰਾਈਵ ਕੀਤਾ ਜਾ ਰਿਹਾ ਸੀ, ਗਲਤ ਸਾਈਡ ਮੋੜਨ ਦੇ ਕਾਰਨ ਕਿਹਾ ਜਾ ਰਿਹਾ ਕਿ ਦੋ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ। ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੈਂ ਆ ਰਿਹਾ ਸੀ ਪੰਪ ਤੋਂ ਅੱਗੇ ਤੇ ਥਾਰ ਵਾਲੇ ਆਊਟਸਾਈਡ ਹੀ ਗੱਡੀ ਮੋੜ ਰਹੀ ਲੇਡੀਜ਼ ਨੇ, ਉਹ ਚਲਾ ਰਹੀ ਲੇਡੀਜ਼। ਅੱਛਾ, ਹਾਂਜੀ, ਪਤਾ ਨਹੀਂ ਉਹ ਡਰਿੰਕ ਕੀਤੀ ਸੀ ਮੇ ਬੀ ਕੁਛ ਵੀ, ਉਹ ਮੇਰੇ ਨਾਲ ਟੱਚ ਹੋ ਕੇ ਤਾਂ ਮੋਟਰਸਾਈਕਲ ਵਿੱਚ ਮੇਰਾ ਮੋਟਰਸਾਈਕਲ ਮਾਰਤਾ ਉਹਨੇ, ਉਸ ਤੋਂ ਬਾਅਦ ਮੇਰੇ ਉੱਤੇ ਮੋਟਰਸਾਈਕਲ ਚਾੜਤੀ ਗੱਡੀ ਉੱਪਰ, ਉਹਦੇ ਕਰਕੇ ਵਿਆਹ ਚ ਬਾਈ ਜੀ ਨਾਲ ਇਹਦੇ ਵਿੱਚ ਗੱਡੀ ਲੱਗੀ, ਮੈਂ ਪਿੱਛੇ ਜਦੋਂ ਰੋਕ ਲਿਆ ਪੈਟਰੋਲ ਪੰਪ ਆਪਣਾ ਫਤਿਹਪੁਰ ਤੋਂ ਅੱਗੇ ਵਾਲਾ ਕਿ ਇਧਰਲੇ ਸਮਾਣੇ ਸਾਈਡ ਵਾਲਾ, ਸੋਨੂ ਦਾ ਸੋਨੂ ਸਮਾਣੇ ਵਾਲੇ ਸਾਈਡ, ਸੋਨੂ ਵਾਲੇ ਸੋਨੂ ਵਾਲਾ ਪੰਪ ਜੀ ਉਹਦੇ ਨਾਲ ਹੀ ਬਿਲਕੁਲ ਅਗਲੇ ਬੰਨੇ ਸਮਰਾਟ ਪੈਲਸ ਸਾਈਡ। ਤੁਸੀਂ ਮੋਟਰਸਾਈਕਲ ਤੇ ਸੀ? ਮੈਂ ਮੋਟਰਸਾਈਕਲ ਤੇ ਸੀ। ਹਾਂਜੀ, ਸਾਡੇ ਕੋਲ ਦੋ ਪੇਸ਼ੈਂਟ ਆਏ ਆ ਜੀ ਸਮਰਾਟ ਪੈਲਸ ਦੇ ਕੋਲ, ਹੋਇਆ ਇਹਨਾਂ ਦਾ ਐਕਸੀਡੈਂਟ, ਮਨਪ੍ਰੀਤ ਸਿੰਘ ਹੈ ਜੀ ਇੱਕ, ਬਲਵਿੰਦਰ ਸਿੰਘ ਹੈ। ਕਿੱਥੇ ਦੇ ਲਿਖਿਆ ਰਸਤੇ? ਹਾਂਜੀ, ਮਨਪ੍ਰੀਤ ਸਿੰਘ ਹੈਗੇ ਆ ਜੀ ਆਪਣੇ ਕੋਲ ਕਾਕੜਾ ਦੇ, ਦੂਜੇ ਪੇਸ਼ੈਂਟ ਆਪਣੇ ਕੋਲ ਧਨੇਠਾ ਦਾ। ਕੀ ਦੱਸਿਆ ਇਹਨਾਂ ਨੇ? ਇਹਨਾਂ ਦੇ ਥਾਰ ਗੱਡੀ ਨਾਲ ਕੋਈ ਐਕਸੀਡੈਂਟ ਹੋਇਆ ਜੀ ਇਹਨਾਂ ਦਾ। ਕੀ ਕੰਡੀਸ਼ਨ ਸੀ ਇਹਨਾਂ ਦੀ? ਇੱਕ ਪੇਸ਼ੈਂਟ ਦੇ ਤਾਂ ਜੀ ਲੈਗ ਫ੍ਰੈਕਚਰ ਹੈ, ਇੱਕ ਦੇ ਐਂਕਲ ਫ੍ਰੈਕਚਰ ਹੈ। ਇੱਕ ਕਾਲੇ ਰੰਗ ਦੀ ਥਾਰ ਨੇ ਦੋ ਬਾਈਕ ਸਵਾਰਾਂ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਹੈ, ਜਿਸ ਦੇ ਕਾਰਨ ਦੋਵੇਂ ਬਾਈਕ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦਰਅਸਲ ਜਾਣਕਾਰੀ ਅਨੁਸਾਰ ਇਸ ਥਾਰ ਨੂੰ ਕਿਹਾ ਜਾ ਰਿਹਾ ਹੈ ਕਿ ਇੱਕ ਔਰਤ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਤੇ ਨਾਲ ਹੀ ਉਸਦਾ ਇੱਕ ਸਾਥੀ ਬੈਠਾ ਸੀ, ਪਰ ਅਚਾਨਕ ਇਹਨਾਂ ਦੇ ਵੱਲੋਂ ਗਲਤ ਸਾਈਡ ਤੋਂ ਇਸ ਗੱਡੀ ਨੂੰ ਮੋੜ ਲਿਆ ਜਾਂਦਾ ਹੈ, ਜਿਸ ਦੇ ਕਾਰਨ ਦੋਵੇਂ ਬਾਈਕ ਸਵਾਰ ਇਸ ਕਾਰ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ। ਹਾਲਾਂਕਿ ਇਹਨਾਂ ਕਾਰ ਸਵਾਰਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਜੋ ਔਰਤ ਥਾਰ ਨੂੰ ਚਲਾ ਰਹੀ ਸੀ ਉਹ ਵੀ ਨਸ਼ੇ ਦੀ ਹਾਲਤ ਦੇ ਵਿੱਚ ਸੀ, ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਉਹ ਔਰਤ ਵੀ ਦੱਸੀ ਜਾ ਰਹੀ ਹੈ, ਜੋ ਕਿ ਵਾਰਦਾਤ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਈ ਹੈ। ਤਾਂ ਦੱਸ ਦਈਏ ਕਿ ਘਟਨਾ ਸਮਾਣਾ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਇੱਕ ਕਾਲੇ ਰੰਗ ਦੀ ਥਾਰ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਹੈ। ਹਾਲਾਂਕਿ ਇਸ ਥਾਰ ਨੂੰ ਇੱਕ ਔਰਤ ਚਲਾ ਰਹੀ ਸੀ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਪਲੈਂਡਰ ਬਾਈਕ
ਗੱਡੀ ਦੇ ਟਾਇਰ ਦੇ ਹੇਠਾਂ ਫਸਿਆ ਹੋਇਆ। ਕਿਹਾ ਜਾ ਰਿਹਾ ਕਿ ਜਦੋਂ ਇਹ ਟੱਕਰ ਮਾਰੀ ਤਾਂ ਥਾਰ ਬਾਈਕ ਨੂੰ ਕਾਫੀ ਦੂਰ ਤੱਕ ਘੜੀਜਦੇ ਹੋਏ ਲੈ ਗਈ ਤੇ ਜਿਸ ਤੋਂ ਬਾਅਦ ਇਸ ਥਾਰ ਨੂੰ ਉਸ ਥਾਰ ਸਵਾਰ ਔਰਤ ਦੇ ਵੱਲੋਂ ਜੋ ਹੈ ਉਹ ਹੇਠਾਂ ਉਤਾਰ ਲਿਆ ਜਾਂਦਾ, ਕੱਚੇ ਦੇ ਵਿੱਚ ਉਤਾਰ ਲਿਆ ਜਾਂਦਾ, ਜਿਸ ਤੋਂ ਬਾਅਦ ਉਹ ਮੌਕੇ ਤੋਂ ਉੱਥੋਂ ਫਰਾਰ ਹੋ ਜਾਂਦੀ ਹੈ। ਫਿਲਹਾਲ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਇੱਕ ਔਰਤ ਦੇ ਵੱਲੋਂ ਇਸ ਥਾਰ ਨੂੰ ਡਰਾਈਵ ਕੀਤਾ ਜਾ ਰਿਹਾ ਸੀ, ਗਲਤ ਸਾਈਡ ਮੋੜਨ ਦੇ ਕਾਰਨ ਕਿਹਾ ਜਾ ਰਿਹਾ ਕਿ ਦੋ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ। ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੈਂ ਆ ਰਿਹਾ ਸੀ ਪੰਪ ਤੋਂ ਅੱਗੇ ਤੇ ਉਹ ਥਾਰ ਵਾਲੇ ਆਊਟਸਾਈਡ ਹੀ ਗੱਡੀ ਮੋੜ ਲਈ ਲੇਡੀਜ਼ ਨੇ, ਉਹ ਚਲਾ ਰਹੀ ਸੀ ਲੇਡੀ। ਅੱਛਾ, ਹਾਂਜੀ, ਪਤਾ ਨਹੀਂ ਉਹ ਡਰਿੰਕ ਕੀਤੀ ਸੀ ਮੇ ਬੀ ਕੁਛ ਵੀ। ਉਹ ਮੇਰੇ ਨਾਲ ਟੱਚ ਹੋ ਕੇ ਤਾਂ ਮੋਟਰਸਾਈਕਲ ਵਿੱਚ ਮੇਰਾ ਮੋਟਰਸਾਈਕਲ ਮਾਰਤਾ ਉਹਨੇ, ਉਸ ਤੋਂ ਬਾਅਦ ਮੇਰੇ ਉੱਤੇ ਮੋਟਰਸਾਈਕਲ ਚਾੜਤੀ ਗੱਡੀ ਉੱਪਰ, ਉਹਦੇ ਕਰਕੇ ਅੱਜ ਬਾਈ ਜੀ ਨਾਲ। ਇਹ ਵੀ ਤੁਹਾਡੇ ਨਾਲ ਸੀ? ਅੱਛਾ, ਬਲਵਿੰਦਰ ਸਿੰਘ ਜੀ। ਹਾਂ, ਤੁਸੀਂ ਮੋਟਰਸਾਈਕਲ ਕਿੱਧਰ ਜਾ ਰਹੇ ਸੀ? ਮੈਂ ਜੀ ਪਟਿਆਲੇ ਤੋਂ ਸਮਾਣੇ ਨੂੰ ਆ ਰਿਹਾ ਸੀ ਜੀ। ਇਹ ਮਤਲਬ ਥਾਰ ਗੱਡੀ ਉਧਰੋਂ ਰੌਂਗ ਟਰਨ ਕਰਿਆ ਉਹਨਾਂ ਨੇ, ਇਧਰ ਮੁੜਨ ਲੱਗੇ ਬਾਈ ਜੀ ਅੱਗੇ ਸੀ ਮੇਰੇ ਤੋਂ, ਇਹਦੇ ਵਿੱਚ ਗੱਡੀ ਲੱਗੀ, ਮੈਂ ਪਿੱਛੇ ਜਦੋਂ ਰੋਕ ਲਿਆ। ਪੈਟਰੋਲ ਪੰਪ ਨਾ ਫਤਿਹਪੁਰ ਤੋਂ ਅੱਗੇ ਵਾਲਾ ਕਿ ਇਧਰਲੇ ਸਮਾਣੇ ਸਾਈਡ ਵਾਲਾ? ਸੋਨੂੰ ਦੱਸੋ, ਉਹਨੂੰ ਸਮਾਣੇ ਵਾਲੇ ਸਾਈਡ, ਸਮਾਣੇ ਵਾਲੇ, ਸੋਨੂੰ ਵਾਲਾ ਪੰਪ ਜੀ, ਉਹਦੇ ਨਾਲ ਹੀ ਬਿਲਕੁਲ ਅਗਲੇ ਬੰਨੇ ਸਮਰਾਟ ਪੈਲਸ ਸਾਈਡ। ਤੁਸੀਂ ਮੋਟਰਸਾਈਕਲ ਤੇ ਸੀ? ਮੈਂ ਮੋਟਰਸਾਈਕਲ ਤੇ ਸੀ। ਹਾਂਜੀ, ਸਾਡੇ ਕੋਲ ਦੋ ਪੇਸ਼ੈਂਟ ਆਏ ਆ ਜੀ ਸਮਰਾਟ ਪੈਲਸ ਦੇ ਕੋਲ, ਹੋਇਆ ਇਹਨਾਂ ਦਾ ਐਕਸੀਡੈਂਟ। ਮਨਪ੍ਰੀਤ ਸਿੰਘ ਹੈ ਜੀ, ਇੱਕ ਬਲਵਿੰਦਰ ਸਿੰਘ ਹੈ। ਕਿੱਥੇ ਨੇ ਲਿਖਿਆ ਹੈ ਸਰ? ਹਾਂਜੀ, ਮਨਪ੍ਰੀਤ ਸਿੰਘ ਹੈਗੇ ਆ ਜੀ ਆਪਣੇ ਕੋਲ ਕਾਕੜਾ ਦੇ, ਦੂਜੇ ਪੇਸ਼ੈਂਟ ਆਪਣੇ ਕੋਲ ਧਨੇਠਾ ਦਾ। ਕੀ ਦੱਸਿਆ ਇਹਨਾਂ ਨੇ? ਇਹਨਾਂ ਦੇ ਥਾਰ ਗੱਡੀ ਨਾਲ ਕੋਈ ਐਕਸੀਡੈਂਟ ਹੋਇਆ ਜੀ ਇਹਨਾਂ ਦਾ। ਬਾਕੀ ਇੱਕ ਪੇਸ਼ੈਂਟ ਦੇ ਤਾਂ ਜੀ ਲੈਗ ਫ੍ਰੈਕਚਰ ਹੈ, ਇੱਕ ਦੇ ਐਂਕਲ ਫ੍ਰੈਕਚਰ ਹੈ।